द हरप्रीत सिंह शो दे अज दे इस एपीसोड विच आप सब नूं जी आयां नूं आखदे आं। प्रोग्राम दे इस हिस्से विच साडे कोल शाने पंजाब आर्ट्स क्लब तो आए हुए मेहमान तुहाडे नाल सांझ पाणगे। ते प्रोग्राम दे पहले हिस्से विच जतिंदर सिंह जिन्हां ने कि बड़े लंबे समय तो अपने कल्चर नूं प्रमोट करन लई बहुत सारे यतन कीते ने उस बारे जानकारी देणगे। अज असीं आम तौर ते गल्लां करदे हां कि साडी नौजवान पीढ़ी जिहड़ी अपने विरसे तो दूर हुंदी जा रही है, पर शाने पंजाब आर्ट्स क्लब वल्लों इह यतन कीते जा रहे ने कि अपने बच्चों नूं अपने विरसे नाल जोड़िया जा रखे। तो उस करके बहुत सारे इवेंट्स का आयोजन करते हैं ते नाल बच्चों जो है अपने विरसे नाल जोड़ते हैं। की यतन किए जा रहे हैं, इसका की रिजल्ट पै रहा है, की इंपैक्ट पै रहा है, और इस बारे विस्तार में गलबात करते हैं जतिंदर सिंह नाल। जी आनू जी, वेलकम टू द प्रोग्राम। थैंक यू जी, थैंक यू वेरी मच हरप्रीत जी। वेलकम तुहाडे सारे ऑडियंस नूं ते दर्शकों नूं, मेरे वालों शाने पंजाब आर्ट्स क्लब के सारे मैंबरों वालों सत श्री अकाल। सत श्री अकाल, वेलकम। थैंक यू। बड़ा माण हुंदा है क्योंकि हाल ही में एक प्रोग्राम किया, उत्थे जाके वेखण नूं मिलिया कि छोटे बच्चों तो लैके वड्डे जड़े ने क्या सांझ सी उन्हां दे विच, अते बड़ा जज्बा सी कि भई अपने विरसे नूं किवें असीं प्रमोट करना है। तकरीबन मेरे ख्याल 10 साल हो गए तुहानूं इस क्लब नूं चलांदे हुए, या इस तों वध समां हो चुके है वो तुहाडे तों जानकारी लैंदे आ। सो इस समय दे दौरान जिहड़ियां उपलब्धियां ने जदों शुरू कीता सी ते अज दा जित्थों तक तुसीं सफ़र कीता है उहदे बारे जरा चानण पा के साडे दर्शकां नूं दस्सो कि आइडिया, छोटा जिहा आइडिया किस तरह शुरू होया ते अज कित्थे पहुंचिआ। भाजी जिहड़ा शाने पंजाब आर्ट्स क्लब है 2008 दे विच होंद विच आया सी। सो असी उस वक्त दो जाने सी। सो कहिंदे हुंदे ना कि अकेले चले थे लोग जुड़े और कारवां बनता चला गया। राइट। सो अज वाहिगुरू दी मेहर नाल साडे कोल 550 बच्चा आ। वंडरफुल। सो तुसीं देखिआ जिस बारे तुसीं दस्सिआ कि ਉਹ ਸਾਡਾ ਈਵੈਂਟ ਸੀ ਨੱਚਦੀ ਸ਼ਾਮ। ਨੱਚਦੀ ਸ਼ਾਮ ਭਾਅ ਜੀ ਇੱਕ ਇੱਦਾਂ ਦਾ ਈਵੈਂਟ ਹੈਗਾ ਜਿਹਦੇ ਵਿੱਚ ਅਸੀਂ ਜਿਹੜਾ ਵੀ ਬੱਚਾ ਸਾਡੇ ਕੋਲ ਸਿੱਖਦਾ ਆ, ਸੋ ਅਸੀਂ ਉਸ ਬੱਚੇ ਨੂੰ ਸਟੇਜ ਦੇ ਉੱਪਰ ਆਉਣ ਦਾ ਮੌਕਾ ਦਿੰਦੇ ਹਾਂ। ਰਾਈਟ। ਸੋ ਇਹ ਸਾਡਾ ਜਿਹੜਾ ਸ਼ੋਅ ਸੀ ਇਹ ਹਰ ਸਾਲ ਹੁੰਦਾ ਆ। ਸੋ ਇਹ ਉਹਦਾ 11ਵਾਂ ਸਾਲ ਸੀ ਅਤੇ 11ਵਾਂ ਈਵੈਂਟ ਸੀ ਉਹਦਾ, ਅਤੇ ਉੱਥੇ ਛੋਟੇ ਤੋਂ ਲੈ ਕੇ ਵੱਡੇ ਬੱਚੇ ਤੱਕ ਸਾਰੇ ਉੱਥੇ ਪਰਫੋਰਮ ਕਰਦੇ ਨੇ। ਰਾਈਟ। ਸੋ ਸਾਰਾ ਜਿਹੜਾ ਸ਼ੋਅ ਆ ਉਹ ਸਾਰਾ ਸੋਲਡ ਆਊਟ ਹੁੰਦਾ ਆ। ਸੋ ਅਬਾਊਟ 1100 ਸੀਟਾਂ ਹੈਗੀਆਂ, 1100 ਸੀਟਾਂ 1100 ਫੁੱਲ ਹੁੰਦੀਆਂ ਆ। ਰਾਈਟ। ਅਤੇ ਬੱਚੇ ਨੂੰ ਦੇਖੋ ਤੁਸੀਂ ਸਾਰਿਆਂ ਸਾਹਮਣੇ ਕਰਨ ਦਾ ਕਿੰਨਾ ਕੌਨਫੀਡੈਂਸ ਬਿਲਡ ਹੁੰਦਾ ਆ। ਸੋ ਇੱਕ ਇਹ ਲਾਈਫ ਦਾ ਪ੍ਰੋਸੈਸ ਆ ਕਿ ਜਿੱਦਾਂ ਬਿਲਡਿੰਗ ਬਲੋਕਸ ਹੁੰਦੇ ਨੇ। ਸੋ ਜਿੱਦਾਂ ਹੁਣ ਇੱਕਦਮ ਤਾਂ ਤੁਸੀਂ ਕੋਠੇ 'ਤੇ ਚੜ੍ਹ ਨਹੀਂ ਸਕਦੇ ਹੈਗੇ ਜੇ ਤੁਸੀਂ ਪੌੜੀ ਬਾਏ ਪੌੜੀ ਚੜ੍ਹੋਗੇ। ਸੋ ਇਹ ਵੀ ਇੱਕ ਲਾਈਫ ਦਾ ਇੱਕ ਫੇਜ਼ ਆ ਬੱਚੇ ਦੀ, ਤਾਂ ਜਦੋਂ ਬੱਚੇ ਨੂੰ ਇਹ ਕੌਨਫੀਡੈਂਸ ਮਿਲਦਾ ਆ, ਸੋ ਇੱਕ ਫੇਜ਼ ਦੇ ਵਿੱਚ ਉਹਨੂੰ ਕੌਨਫੀਡੈਂਸ ਬਿਲਡ ਕਰਦਾ ਆ, ਉਹ ਫੇਜ਼ ਜਿਹੜਾ ਉਹਨੂੰ ਨੈਕਸਟ ਲੈਵਲ 'ਤੇ ਜਾਣ ਵਿੱਚ ਹੈਲਪ ਕਰਦਾ ਹੈ। ਰਾਈਟ। ਸਪੋਜ਼ ਬੱਚੇ ਨੂੰ ਕੁਛ ਪੜ੍ਹਦੇ ਵਕਤ ਜਾਂ ਕੁਛ ਹੋਰ ਕੰਮ ਕਰਦੇ ਵਕਤ ਉਹਨੂੰ ਲੱਗਦਾ ਹੈ ਕਿ ਯਾਰ ਮੇਰੇ ਕੋਲ ਨਹੀਂ ਹੋ ਸਕਦਾ, ਤਾਂ ਉਹ ਆਪਣੀ ਉਹ ਉਪਲਬਧੀ ਬਾਰੇ ਸੋਚਦਾ ਹੈ ਕਿ ਨਹੀਂ, ਜੇ ਮੈਂ 1000-1200 ਬੰਦੇ ਦੇ ਸਾਹਮਣੇ ਪਰਫੋਰਮ ਕਰ ਸਕਦਾ ਹਾਂ ਤਾਂ ਮੈਂ ਆਹ ਚੀਜ਼ ਵੀ ਕਰ ਸਕਦਾ ਹਾਂ। ਬਿਲਕੁਲ। ਸੋ ਉਹ ਕੌਨਫੀਡੈਂਸ ਜਿਹੜਾ ਹੈ ਬੱਚੇ ਦਾ, ਉਹ ਇਹ ਚੀਜ਼ ਸੋਚ ਕੇ ਤੁਸੀਂ ਆਪ ਜੱਜ ਕਰ ਸਕਦੇ ਹੋ ਕਿ ਬੱਚੇ ਕਿਸ ਤਰ੍ਹਾਂ ਆਪਣੇ ਆਪ ਨੂੰ ਡਿਵੈਲਪ ਕਰ ਸਕਦੇ ਆ। ਐਬਸੋਲੂਟਲੀ ਜੀ, ਕਿਉਂਕਿ ਛੋਟੇ ਬੱਚੇ ਵੀ ਜਿਹੜੇ 3-3 ਸਾਲ ਦੇ ਜਾਂ 4-4 ਸਾਲ ਦੇ ਬੱਚੇ ਵੀ ਜਿਹੜੇ ਉੱਥੇ ਪਹੁੰਚਦੇ ਨੇ, ਜਦੋਂ ਇੰਨੇ ਸਾਰੀ ਤਾਣੀਆਂ ਦੇ ਵਿੱਚ ਅੱਗੇ ਆਉਂਦੇ ਨੇ ਤਾਂ ਡੈਫੀਨੇਟਲੀ ਉਹਨਾਂ ਦਾ ਸੈਲਫ ਇਸਟੀਮ ਅਤੇ ਕੌਨਫੀਡੈਂਸ ਵੱਧਦਾ ਹੀ ਹੈ। ਪਰ ਇਸ ਨੂੰ ਕਰਨ ਵਾਸਤੇ ਬੜੀ ਵੱਡੀ ਟੀਮ ਦੀ ਲੋੜ ਹੁੰਦੀ ਹੈ, ਕਿਉਂਕਿ ਅਲਟੀਮੇਟਲੀ ਇੰਨੇ ਸਾਰੇ ਬੱਚਿਆਂ ਨੂੰ ਹੈਂਡਲ ਕਰਨਾ ਐਂਡ ਫਿਰ ਸਾਰੇ ਸੱਜ ਧੱਜ ਕੇ ਜੋ ਹੈ ਆਪਣੇ ਗਿੱਧਾ ਜਾਂ ਭੰਗੜਾ ਉੱਥੇ ਪਰਫੋਰਮੈਂਸ ਜਿਹੜੀ ਕਰਦੇ ਨੇ। ਸੋ ਇਹਨਾਂ ਦੀ ਟ੍ਰੇਨਿੰਗ ਦੇ ਸੰਬੰਧ ਵਿੱਚ ਸਾਨੂੰ ਦੱਸੋ, ਕਿਉਂਕਿ ਅਲਟੀਮੇਟਲੀ ਹੋਰ ਵੀ ਬਹੁਤ ਸਾਰੇ ਇੱਥੇ ਖੁੱਲ੍ਹੇ ਹੋਏ ਨੇ ਕਲੱਬਸ, ਪਰ ਤੁਹਾਡਾ ਇੱਕ ਨਵੇਕਲੀ ਜਿਹੜੀ ਸੋਚ ਹੈਗੀ ਉਸ ਕਾਰਨ ਅਸੀਂ ਦੇਖਦੇ ਹਾਂ ਕਿ ਬਚਪਨ ਤੋਂ ਹੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਬਚਪਨ ਤੋਂ ਹੀ ਉਹ ਬੱਚੇ ਦੇ ਵਿੱਚ ਕੌਨਫੀਡੈਂਸ ਪਾਉਣ ਵਾਸਤੇ ਤੁਸੀਂ ਇਹ ਯਤਨ ਕਰਦੇ ਹੋ, ਨਹੀਂ ਤਾਂ ਆਮ ਤੌਰ 'ਤੇ ਹੁੰਦਾ ਬੱਚਾ ਪਹਿਲਾਂ ਤਿਆਰ ਹੋ ਜਾਵੇ ਫਿਰ ਅਸੀਂ ਸਟੇਜ 'ਤੇ ਲੈ ਕੇ ਜਾਵਾਂਗੇ। ਸੋ ਇਹ ਸੋਚ ਜਿਹੜੀ ਹੈਗੀ ਇਹਦਾ ਕੀ ਰਿਜ਼ਲਟ ਆ ਰਿਹਾ? ਰਿਜ਼ਲਟ ਬਹੁਤ ਪੋਜ਼ਿਟਿਵ ਹੈ ਜੀ, ਬਹੁਤ ਵਧੀਆ ਲੱਗਦਾ ਹੈ ਜਦੋਂ ਬੱਚੇ ਸਾਡੇ ਨਾਲ ਜੁੜਦੇ ਨੇ। ਇੱਕ ਪਰਿਵਾਰ ਦੀ ਤਰ੍ਹਾਂ ਬਣ ਜਾਂਦਾ ਜੀ ਮਾਹੌਲ, ਕਿ ਜਿੱਦਾਂ ਹੁਣ ਇੱਕ ਬੱਚਾ ਜੁੜਿਆ, ਉਹ ਇੱਕ ਬੱਚਾ ਸਾਡੇ ਕੋਲ ਉਹ ਇਕੱਲਾ ਬੱਚਾ ਨਹੀਂ ਆ, ਉਹਦੇ ਪੇਰੈਂਟਸ ਨਾਲ ਜੁੜਦੇ ਨੇ, ਉਹਦੇ ਚਾਚੇ ਉਹਦੇ ਤਾਏ, ਮਤਲਬ ਇੱਕ ਬੱਚਾ ਸਾਡੇ ਕੋਲ 4 ਬੰਦੇ ਲੈ ਕੇ ਆਉਂਦਾ ਆ। ਸੋ ਜੇ ਸਾਡੇ ਕੋਲ ਹੁਣ 500 ਬੱਚਾ ਆ, 550 ਬੱਚਾ ਆ, ਤਾਂ ਤੁਸੀਂ ਆਪੇ ਹਿਸਾਬ ਲਾ ਸਕਦੇ ਹੋ ਕਿ ਡਾਇਰੈਕਟਲੀ ਇਨਡਾਇਰੈਕਟਲੀ ਸਾਡੇ ਨਾਲ 5-6 ਹਜ਼ਾਰ ਬੰਦਾ ਜੁੜਿਆ ਹੋਇਆ ਆ। ਅਤੇ ਇੰਨੇ ਸਾਲਾਂ ਦੇ ਵਿੱਚ ਅਸੀਂ ਇੰਨੇ ਬੱਚੇ ਸਿਖਾ ਚੁੱਕੇ ਹਾਂ, ਸੋ ਉਹ ਵੀ ਪੇਰੈਂਟਸ ਭੁੱਲਦੇ ਤਾਂ ਹੈ ਨਹੀਂ ਹੈ, ਯਾਦ ਤਾਂ ਰੱਖਦੇ ਹੀ ਆ। ਹਾਂਜੀ। ਸੋ ਇਹ ਉਹ ਜਿਹੜੀ ਚੀਜ਼ ਹੈਗੀ ਆ, ਉਹ ਸਾਨੂੰ ਫਿਰ ਇਹ ਚੀਜ਼ਾਂ ਬੂਸਟ ਕਰਦੀ ਹੈ ਸਾਨੂੰ ਵੀ, ਕਿ ਸਾਨੂੰ ਇੰਨੇ ਲੋਕ ਜਾਣਦੇ ਆ, ਅਸੀਂ ਕਿਉਂ ਨਾ ਕੁਛ ਹੋਰ ਪ੍ਰੋਜੈਕਟ ਲੈ ਕੇ ਆਈਏ। ਕਿਉਂਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਵਾਇਲੈਂਸ,
ਅੱਜ ਕੱਲ ਡਰੱਗਸ ਦਾ ਬਹੁਤ ਬੁਰਾ ਹਾਲ ਹੈ ਜੀ ਇੱਥੇ, ਹੈ ਨਾ। ਸੋ ਜਿਹੜੇ ਬੱਚੇ ਆ, ਬੱਚੇ ਕਹਿੰਦੇ ਆ ਕਿ ਜਿੱਦਾਂ ਕੋਰਾ ਕਾਗਜ਼ ਹੁੰਦੇ ਆ ਉਹਦੇ 'ਚ ਤੁਸੀਂ ਜਿੱਦਾਂ ਵੀ ਚਾਹੋ ਲਿਖ ਸਕਦੇ ਹੋ, ਔਰ ਇੱਕ ਹਿਊਮਨ ਮੈਂਟੈਲਿਟੀ ਆ ਜੀ ਕਿ ਆਪਾਂ ਬੁਰੀ ਚੀਜ਼ ਵੱਲ ਬਹੁਤ ਛੇਤੀ ਜਾਂਦੇ ਹਾਂ ਜੀ, ਸੋ ਚੰਗੀ ਚੀਜ਼ ਵੱਲ ਬਹੁਤ ਘੱਟ ਜਾਂਦੇ ਹਾਂ। ਜੇ ਤੁਸੀਂ ਯੂਟਿਊਬ ਦੇ ਵਿਊਜ਼ ਦੇਖ ਲਵੋ ਤੇ ਜਿਹੜੀ ਤੇ ਮਾੜੀ ਤੋਂ ਮਾੜੀ ਸ਼ਬਦਾਵਲੀ ਯੂਜ਼ ਕੀਤੀ ਹੁੰਦੀ ਹੈ ਜਾਂ ਭੈੜੀ ਤੋਂ ਭੈੜੀ ਵੀਡੀਓ ਸਿੰਗਰਾਂ ਨੇ ਪਾਈ ਹੁੰਦੀ ਆ ਉਹਦੇ ਵਿਊਜ਼ ਮਿਲੀਅਨ ਤੱਕ ਚਲੇ ਜਾਂਦੇ ਨੇ। ਲੇਕਿਨ ਜੇ ਕੋਈ ਕਹੇ ਵੀ ਆਪਾਂ ਸ਼ਬਦ ਕੀਰਤਨ ਸੁਣ ਲਓ ਜੀ, ਜਾਂ ਤੁਸੀਂ ਕਿਸੇ ਨੇ ਕੋਈ ਚੰਗੇ ਵਿਚਾਰ ਪੇਸ਼ ਕੀਤੇ ਆ, ਸੋ ਤੁਸੀਂ ਉਹਨਾਂ ਬਾਰੇ ਸੁਣ ਲਓ, ਤਾਂ ਉਹਨਾਂ ਦੇ ਵਿਊਜ਼ ਵਿਚਾਰਿਆਂ ਦੇ ਮਹਾਂ 100-150-200 ਵਿਊਜ਼ ਹੁੰਦੇ ਨੇ। ਰਾਈਟ, ਸੋ ਇਸ ਵਾਸਤੇ ਕੀ ਬੱਚਿਆਂ ਦੇ ਵਿੱਚ, ਕਿਉਂਕਿ ਜਿਹੋ ਜਿਹਾ ਅੱਜ ਮਾਹੌਲ ਹੈਗਾ ਜਿਹਦੇ 'ਚ ਕਿ ਅਸੀਂ ਡਰੱਗਸ ਵਾਇਲੈਂਸ ਦੀ ਗੱਲ ਕਰਨੀ, ਅਤੇ ਖਾਸ ਤੌਰ 'ਤੇ ਲੋਅਰ ਮੇਨਲੈਂਡ ਵਿੱਚ ਬਹੁਤ ਵੱਡੀ ਸਮੱਸਿਆ ਹੈ, ਤੁਸੀਂ ਫਿਰ ਕਿਵੇਂ ਯਤਨ ਕਰਦੇ ਹੋ? ਆਫਕੋਰਸ ਤੁਸੀਂ ਭੰਗੜਾ ਤਾਂ ਇੱਕ ਐਸਪੈਕਟ ਹੋ ਗਿਆ ਜਾਂ ਕਿੱਦਾਂ ਉਹਨਾਂ ਨੂੰ ਸਿਖਾ ਰਹੇ ਹੋ, ਪਰ ਉਹਨਾਂ ਦੇ ਵਿੱਚ ਇਸ ਚੀਜ਼ ਨੂੰ ਨਿਚੋੜ ਕੇ ਪਾ ਦੇਣਾ ਕਿ ਬੱਚੇ ਇਸ ਚੀਜ਼ ਤੋਂ ਦੂਰ ਰਹਿਣਾ ਹੈ, ਸੋ ਕੀ ਤੁਹਾਡੇ ਜਦੋਂ ਉੱਥੋਂ ਦਾ ਜਿਹੜਾ ਮਾਹੌਲ ਹੈ ਉਹਦੇ ਵਿੱਚ ਵੀ ਤੁਸੀਂ ਇਹ ਚੀਜ਼ਾਂ ਨੂੰ ਉਜਾਗਰ ਕਰਦੇ ਹੋ ਕਿ ਇਸ ਤੋਂ ਅਸੀਂ ਬਚਣਾ ਹੈ ਅਤੇ ਅਸੀਂ ਸਹੀ ਕਦਮ ਚੁੱਕ ਕੇ ਹੀ ਚੰਗੇ ਪਾਸੇ ਨੂੰ ਤੁਰਨਾ ਹੈ? ਬਿਲਕੁਲ ਜੀ, ਦੇਖੋ ਹਰ ਚੀਜ਼ ਦਾ ਬੇਸ ਹੁੰਦਾ ਹੈ, ਜੇ ਬੇਸ ਸਟਰੋਂਗ ਹੈਗਾ ਤਾਂ ਇਮਾਰਤ ਆਪਣੇ ਆਪ ਸਟਰੋਂਗ ਬਣੂਗੀ। ਸੋ ਜਿੰਨੇ ਵੀ ਸਾਡੇ ਇੰਸਟਰਕਟਰਸ ਨੇ, ਚਾਹੇ ਉਹ ਸੀਨੀਅਰ ਇੰਸਟਰਕਟਰਸ ਨੇ ਚਾਹੇ ਉਹ ਨਵੇਂ ਬੱਚੇ ਆ ਰਹੇ ਨੇ, ਸੋ ਕੋਸ਼ਿਸ਼ ਇਹ ਹੁੰਦੀ ਹੈ ਕਿ ਉਸ ਬੱਚੇ ਨੂੰ, ਪ੍ਰੋਮੀਨੈਂਟ ਬੱਚੇ ਨੂੰ ਚੁਣਿਆ ਜਾਵੇ ਜਿਹੜਾ ਬੱਚਾ ਇਹਨਾਂ ਚੀਜ਼ਾਂ ਤੋਂ ਆਪ ਦੂਰ ਆ। ਰਾਈਟ, ਸੋ ਜਿਹੜਾ ਬੰਦਾ ਜਿਹੜੀ ਚੀਜ਼ ਕਰਦਾ ਹੈ ਚਾਹੇ ਉਹ ਕੰਮ ਗਲਤ ਹੈ ਚਾਹੇ ਉਹ ਠੀਕ ਹੈਗਾ, ਉਹਨੇ ਆਪਣੇ ਹਿਸਾਬ ਨਾਲ ਉਹਨੂੰ ਜਸਟੀਫਾਈ ਕਰਨਾ ਹੈ ਜੀ ਕਿ ਯਾਰ ਮੈਂ ਆਹ ਕੰਮ ਠੀਕ ਕਰਦਾ ਹਾਂ, ਠੀਕ ਹੈ ਨਾ ਜੀ। ਸੋ ਅਸੀਂ ਉਹਨੂੰ ਆਪਣੇ ਹਿਸਾਬ ਦੇ ਨਾਲ, ਆਪਣੀਆਂ ਕੰਡੀਸ਼ਨਸ ਦੇ ਨਾਲ, ਟਰਮਸ ਦੇ ਨਾਲ ਬੱਚੇ ਨੂੰ ਦੇਖਦੇ ਹਾਂ, ਫਿਰ ਉਹਨੂੰ ਅਸੀਂ ਸ਼ਾਨੇ ਪੰਜਾਬ ਵਿੱਚ ਭਰਤੀ ਕਰਦੇ ਹਾਂ ਇੰਸਟਰਕਟ ਕਰਨ ਵਾਸਤੇ। ਰਾਈਟ, ਸੋ ਜਦੋਂ ਜ਼ਿਆਦਾ ਬੱਚੇ ਵਧੀਆ ਬੱਚੇ ਹੈਗੇ ਆ, ਚੰਗੇ ਸੁਣਦੇ ਆ, ਗੁੱਡ ਲਿਸਨਰ ਹੈਗੇ ਆ, ਤਾਂ ਜਿਹੜਾ ਬੱਚਾ ਥੋੜ੍ਹਾ ਬਹੁਤਾ ਆਪਣੇ ਆਪ ਨੂੰ ਸ਼ਰਾਰਤੀ ਵੀ ਸਮਝਦਾ ਆ ਜਾਂ ਥੋੜ੍ਹਾ ਬਹੁਤਾ ਕੋਈ ਗਲਤ ਕੰਮ ਕਰਨ ਦੀ ਕੋਸ਼ਿਸ਼ ਵੀ ਕਰਦਾ ਆ, ਸੋ ਉਹਨਾਂ ਬੱਚਿਆਂ ਵੱਲ ਦੇਖ ਕੇ ਉਹ ਵੀ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਆ। ਐਬਸੋਲਿਊਟਲੀ, ਉਹ ਰੋਲ ਮਾਡਲਸ ਵਜੋਂ ਅੱਗੇ ਜਦੋਂ ਆਉਂਦੇ ਨੇ ਤਾਂ ਡੈਫੀਨੇਟਲੀ ਉਹਨਾਂ ਦਾ ਪ੍ਰਭਾਵ ਜਿਹੜਾ ਬੱਚਿਆਂ ਦਾ ਵੀ ਪੈਂਦਾ ਹੈ। ਤੁਹਾਡੇ ਨਾਲ ਹੋਰ ਤੁਹਾਡੇ ਜਿਹੜੇ ਟੀਮ ਮੈਂਬਰਸ ਆਏ ਨੇ ਉਹਨਾਂ ਨੂੰ ਵੀ ਅਸੀਂ ਸ਼ਾਮਿਲ ਕਰਨਾ ਚਾਹਾਂਗੇ ਇਸ ਬ੍ਰੇਕ ਤੋਂ ਬਾਅਦ। ਹੋਰ ਤੁਹਾਡੇ ਜਿਹੜੇ ਇਵੈਂਟਸ ਨੇ, ਨੱਚ ਦੀ ਸ਼ਾਮ ਤਾਂ ਇੱਕ ਤੁਹਾਡਾ ਸਾਲਾਨਾ ਜਿਹੜਾ ਪ੍ਰੋਗਰਾਮ ਹੁੰਦਾ ਹੈ, ਬੜਾ ਉੱਚ ਦਰਜੇ ਦਾ ਹੁੰਦਾ, ਪਰ ਉਸਦੇ ਨਾਲ ਨਾਲ ਤੁਸੀਂ ਹੋਰ ਵੀ ਬਹੁਤ ਸਾਰੇ ਇਵੈਂਟਸ ਕਰਦੇ ਹੋ, ਨਾ ਸਿਰਫ ਲੋਅਰ ਮੇਨਲੈਂਡ 'ਚ ਬਲਕਿ ਪੂਰੇ ਨੌਰਥ ਅਮੈਰੀਕਾ 'ਚ ਵੀ ਜਾ ਕੇ ਤੁਸੀਂ ਇਵੈਂਟਸ ਵਿੱਚ ਪਾਰਟੀਸਪੇਟ ਕਰਦੇ ਹੋ। ਸੋ ਬ੍ਰੇਕ ਤੋਂ ਬਾਅਦ ਗਗਨਦੀਪ ਸਿੰਘ ਨੂੰ ਲੈ ਕੇ ਆਉਂਦੇ ਜਿਹੜੇ ਤੁਹਾਡੇ ਟੀਮ ਮੈਂਬਰ ਹੈਗੇ ਨੇ, ਅਤੇ ਉਹਨਾਂ ਨਾਲ ਵੀ ਕੁਝ ਸਾਂਝ ਪਾਉਂਦੇ ਹਾਂ, ਅਤੇ ਨਾਲ ਤੁਹਾਡੇ ਨਾਲ ਕਿ ਕਿਸ ਤਰੀਕੇ ਨਾਲ ਅਸੀਂ ਸਾਰੇ ਰਲ ਮਿਲ ਕੇ ਇੱਕ ਵੱਖਰਾ ਸੋਹਣਾ ਮਾਹੌਲ ਜਿਹੜਾ ਹੈ ਉਹ ਕ੍ਰੀਏਟ ਕਰ ਸਕਦੇ ਹਾਂ, ਆਪਣੇ ਕਲਚਰ ਨੂੰ ਸਹੀ ਤਰੀਕੇ ਨਾਲ ਪ੍ਰਮੋਟ ਕਰੀਏ। ਸੋ ਇਸ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਪਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ, ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604-825-9295। ਸ਼ਾਨੇ ਪੰਜਾਬ ਆਰਟਸ ਕਲੱਬ ਤੋਂ ਆਏ ਹੋਏ ਸਾਡੇ ਮਹਿਮਾਨ ਜਤਿੰਦਰ ਸਿੰਘ ਅਤੇ ਨਾਲ ਉਹਨਾਂ ਦੇ ਨਾਲ ਹੁਣ ਸ਼ਾਮਿਲ ਹੋਣਗੇ ਗਗਨਦੀਪ ਸਿੰਘ, ਜਿਹੜੇ ਕਿ ਇਹ ਟੀਮ ਮੈਂਬਰ ਨੇ। ਆਓ ਇਹਨਾਂ ਨਾਲ ਕੁਝ ਸਾਂਝ ਹੋਰ ਪਾ ਕੇ ਗੱਲਬਾਤ ਕਰਦੇ ਹਾਂ ਅਤੇ ਜਾਣਕਾਰੀ ਲੈਂਦੇ ਹਾਂ ਕਿ ਕਿਸ ਤਰੀਕੇ ਨਾਲ ਇਹ ਕਲੱਬ ਬੱਚਿਆਂ ਦੇ ਜੀਵਨ ਦੇ ਵਿੱਚ ਇੱਕ ਪਰਿਵਰਤਨ ਲਿਆ ਰਿਹਾ ਹੈ ਫੋਰ ਗੁੱਡ। ਆਓ ਗੱਲਬਾਤ ਕਰਦੇ ਹਾਂ ਦੋਨਾਂ ਹੀ ਮਹਿਮਾਨ ਨਾਲ। ਜੀ ਆਨੂ ਗਗਨਦੀਪ, ਵੈਲਕਮ। ਥੈਂਕ ਯੂ ਜੀ। ਸੋ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਜਤਿੰਦਰ ਸਿੰਘ ਨੇ ਸਾਨੂੰ ਦੱਸਿਆ ਕਿ ਇਹ ਕਲੱਬ ਦੀ ਹੋਂਦ ਦੇ ਬਾਰੇ ਦੱਸਿਆ, ਕਿਵੇਂ ਸਟਾਰਟ ਹੋਇਆ ਅਤੇ ਅੱਜ ਕਿੱਥੇ ਪਹੁੰਚ ਚੁੱਕੇ ਹੈ, ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ, ਤੁਸੀਂ ਕਦੋਂ ਤੋਂ ਇਸ ਨਾਲ ਐਸੋਸੀਏਟਡ ਹੋ ਅਤੇ ਇਸ ਕਲੱਬ ਦੀ ਕੀ ਵਿਲੱਖਣਤਾ ਹੈ ਬਾਕੀਆਂ ਨਾਲ? ਭਾਅ ਜੀ, ਮੈਂ ਇਹ ਕਲੱਬ 2010 'ਚ ਜੁਆਇਨ ਕੀਤਾ ਸੀ ਅਤੇ 2010 'ਚ ਹੀ ਮੈਂ ਕੈਨੇਡਾ ਆਇਆ ਸੀ ਅਤੇ ਉਦੋਂ ਤੋਂ ਮੈਂ ਇਸ ਕਲੱਬ ਨਾਲ ਜੁੜਿਆ ਹੋਇਆ ਜੀ। ਅਤੇ ਜਿਹੜੀ ਸਭ ਤੋਂ ਵਧੀਆ ਚੀਜ਼ ਮੈਨੂੰ ਲੱਗੀ ਇਹ ਕਲੱਬ ਦੀ, ਇਹਨਾਂ ਦੀ ਪਿਆਰ, ਇਹਨਾਂ ਦੀ ਏਕਤਾ। ਅਤੇ ਮੈਂ ਬਾਕੀ ਕਲੱਬ ਵੀ ਦੇਖੇ ਸਰੀ 'ਚ, ਕਿਤੇ ਏਕਤਾ ਹੈ ਨਹੀਂ ਗੀ ਜਿੰਨੀ ਇਹਨਾਂ 'ਚ ਏਕਤਾ। ਸੋ ਇਹਨਾਂ ਨਾਲ ਜੁੜ ਕੇ ਜਿਹੜੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਜੀ ਕੈਨੇਡਾ ਆ ਕੇ, ਅਤੇ ਉਹ ਬਹੁਤ ਮਹੱਤਵਪੂਰਨ ਸੀ ਮੇਰੀ ਜ਼ਿੰਦਗੀ ਦੇ ਵਿੱਚ। ਅਤੇ ਇੱਥੇ ਆ ਕੇ ਮੈਨੂੰ ਕੋਚਿੰਗ ਕਰਨ ਦਾ ਵੀ ਮੌਕਾ ਵੀ ਮਿਲਿਆ ਅਤੇ ਮੈਂ ਆਪ ਖੁਦ ਟੀਮ ਦੇ ਵਿੱਚ ਭੰਗੜਾ ਪਾਇਆ। ਅਤੇ ਇੰਡੀਆ ਤੋਂ ਬਾਅਦ ਮੈਂ ਇਹਨਾਂ ਨਾਲ ਜੁਆਇਨ ਕੀਤਾ, ਸੋ ਇੱਥੇ ਮੈਂ 8 ਸਾਲ ਹੋ ਗਏ ਅਤੇ ਟੀਮ ਨੇ ਭੰਗੜਾ ਪਾਉਂਦੇ ਹਾਂ ਅਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ। ਜਿਹੜੇ ਇਵੈਂਟਸ ਦੀ ਗੱਲ ਕਰਨੇ, ਨੱਚ ਦੀ ਸ਼ਾਮ ਦੇ ਬਾਰੇ ਜਿਹੜਾ ਜ਼ਿਕਰ ਕੀਤਾ ਸੀ, ਹੋਰ ਬਹੁਤ ਸਾਰੇ ਜਿਹੜੇ ਤੁਹਾਡੇ ਇਵੈਂਟਸ ਨੇ, ਬ੍ਰੀਫਲੀ ਉਹਨਾਂ ਨੂੰ ਟੱਚ ਕਰੀਏ, ਕਿਉਂਕਿ ਬੱਚਿਆਂ ਨੂੰ ਪਹਿਲਾਂ ਤਿਆਰ ਕਰਨਾ ਇੱਥੇ ਅਤੇ ਉਸ ਤੋਂ ਬਾਅਦ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਜਾ ਕੇ ਪਰਫੋਰਮੈਂਸ ਦਿਵਾਉਣੀ, ਤਾਂ ਇਹ ਸਿਲਸਿਲਾ ਜਿਹੜਾ ਹੈਗਾ ਇਹਦੇ ਨਾਲ ਤੁਸੀਂ ਕੀ ਦੇਖ ਰਹੇ ਹੈਗੇ ਹੋ ਕਿ ਅਗੇਨ ਜਿੱਥੇ ਤੁਸੀਂ ਆਪਣੀ ਕੰਟਰੀਬਿਊਸ਼ਨ ਦਿੰਦੇ ਹੋ ਬੱਚਿਆਂ ਨੂੰ ਲਿਜਾ ਕੇ ਬਾਕੀ ਬਾਹਰਲੇ ਕਰਾਊਡਸ ਦੇ ਸਾਹਮਣੇ, ਪਰ ਨਾਲ ਨਾਲ ਕਿਹੜੀ ਚੀਜ਼
ਪਰ ਨਾਲ ਕਲਚਰ ਦੇ ਹੀ ਨਾਂ 'ਤੇ ਜਿਸ ਤਰੀਕੇ ਨਾਲ ਉਹ ਕਲਚਰ ਦਾ ਸੱਤਿਆਨਾਸ਼ ਅਸੀਂ ਕਰਦੇ ਪਏ ਹਾਂ, ਅੱਜ ਜਿਸ ਤਰੀਕੇ ਦੇ ਗੀਤ ਆ ਰਹੇ ਨੇ, ਸੰਗੀਤ ਆ ਰਿਹਾ, ਉਹ ਅਸੀਂ ਕਹਿੰਦੇ ਹਾਂ ਨਿੰਦਣਯੋਗ ਹੈ, ਪਰ ਫਿਰ ਵੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ 'ਤੇ ਭਾਰੂ ਹੋ ਰਹੀਆਂ। ਕੀ ਉਹਨਾਂ ਦਾ ਪ੍ਰਭਾਵ ਜਿਹੜਾ ਬੱਚਿਆਂ 'ਤੇ ਹੁੰਦਾ ਉਹਨੂੰ ਕਿਵੇਂ ਤੁਸੀਂ ਟੈਕਲ ਕਰਦੇ? ਸਭ ਤੋਂ ਪਹਿਲਾਂ ਤਾਂ ਭਾਅ ਜੀ ਮੈਂ ਪੇਰੈਂਟਸ ਅੱਗੇ ਰਿਕੁਐਸਟ ਕਰੂੰਗਾ ਕਿ ਜਿਹੜੇ ਲੋਕ ਇਹਨਾਂ ਸਿੰਗਰਾਂ ਨੂੰ ਪ੍ਰਮੋਟ ਕਰਦੇ ਆ, ਆ ਬਹੁਤ ਸਿੰਗਰ ਨੇ ਭਾਅ ਜੀ, ਐਲੀ ਮੰਗਟ, ਸਿੱਧੂ ਮੂਸੇਵਾਲਾ, ਬਥੇਰੇ ਇਹੋ ਜਿਹੇ ਤੁਰੇ ਫਿਰਦੇ ਆ ਜੀ, ਜਿਹੜੇ ਸਿਰਫ ਅਤੇ ਸਿਰਫ ਗੰਦ ਪ੍ਰਮੋਟ ਕਰਦੇ ਪਏ ਆ, ਭੰਗਾਂ ਪ੍ਰਮੋਟ ਕਰਦੇ ਪਏ ਆ, ਵੀਡ ਪ੍ਰਮੋਟ ਕਰਦੇ ਪਏ ਆ, ਸ਼ਰਾਬਾਂ ਪ੍ਰਮੋਟ ਕਰਦੇ ਪਏ ਆ ਅਤੇ ਗੋਲੀਆਂ ਪ੍ਰਮੋਟ ਕਰਦੇ ਪਏ ਆ ਜੀ। ਹੁਣ ਭਾਅ ਜੀ ਉਹ ਆਪਣੀ ਆਪਣੀ ਜਸਟੀਫਿਕੇਸ਼ਨ ਤਾਂ ਦਿੰਦੇ ਨੇ ਕਿ ਜੇ ਫਲਾਣਾ ਕੰਮ ਇਹ ਹੋ ਸਕਦਾ ਤਾਂ ਆਹ ਕੋਤੋਂ ਨਹੀਂ ਹੋ ਸਕਦਾ, ਉਹ ਹੋ ਸਕਦਾ ਤਾਂ ਇਹ ਕਾਹਤੋਂ ਨਹੀਂ ਹੋ ਸਕਦਾ। ਰਾਈਟ। ਹੁਣ ਤੁਸੀਂ ਵੀ ਜਾਣਦੇ ਹੋ ਭਾਅ ਜੀ ਆਹ ਕੱਪ ਆ, ਕੱਪ ਨੂੰ ਤੁਸੀਂ ਜ਼ੋਰ ਦੀ ਮਾਰੋਗੇ ਥੱਲੇ ਕੱਪ ਟੁੱਟ ਜਾਣਾ। ਬਿਲਕੁਲ। ਹੈ ਨਾ, 2 ਸਕਿੰਟ ਲੱਗੇ ਤੁਹਾਨੂੰ ਇਹਨੂੰ ਤੋੜਨ ਨੂੰ, ਪਰ ਇਹਨੂੰ ਸਮੇਟਣ ਲੱਗਾ ਕਿੰਨਾ ਟਾਈਮ ਲੱਗਣਾ? ਆਫਕੋਰਸ। ਠੀਕ ਹੈ ਜੀ, ਨਿੱਕੀ ਨਿੱਕੀ ਤੁਹਾਨੂੰ ਇਹਦੀ ਚੀਜ਼ ਇੱਕ ਇੱਕ ਟੁਕੜਾ ਜਿਹੜਾ ਉਹ ਤੁਹਾਨੂੰ ਇਕੱਠਾ ਕਰਨਾ ਪੈਣਾ। ਬਿਲਕੁਲ। ਠੀਕ ਹੈ ਜੀ। ਸੋ ਉਹਨਾਂ ਦੀ ਜਸਟੀਫਿਕੇਸ਼ਨ ਆ ਉਹਨਾਂ ਵਾਸਤੇ ਠੀਕ ਆ ਕਿਉਂਕਿ ਉਹ ਖਾਂਦੇ ਪੀਂਦੇ ਸਾਰੇ ਇਹ ਚੀਜ਼ਾਂ, ਜਾਂ ਉਹ ਗੈਂਗਸ ਨੇ, ਉਹ ਚੀਜ਼ਾਂ ਇਹ ਪ੍ਰਮੋਟ ਕਰਦੇ ਪਏ ਆ। ਠੀਕ ਹੈ ਜੀ, ਪਰ ਜਦੋਂ ਕੱਲ੍ਹ ਨੂੰ ਕੀ ਉਹ ਚਾਹੁਣਗੇ? ਆਪ ਤਾਂ ਉਹ ਚਲੋ ਕਹਿ ਦਿੰਦੇ ਜੀ ਅਸੀਂ ਪੀ ਲਈ ਆ, ਜਾਂ ਅਸੀਂ ਗੈਂਗ ਆ ਜੀ, ਅਸੀਂ ਫਲਾਣ ਆ, ਅਸੀਂ ਢਮਕਾਣ ਆ, ਕੀ ਉਹ ਆਪਣੇ ਬੱਚੇ ਨੂੰ ਸੇਮ ਚੀਜ਼ ਦੱਸਣਗੇ? ਕੀ ਉਹ ਆਪਣੀ ਭੈਣ ਨੂੰ ਕਹਿ ਸਕਦੇ ਆ ਵੀ ਜਿੱਦਾਂ ਦੇ ਵੀਡੀਓ ਅਸੀਂ ਬਣਾਉਂਦੇ ਤੂੰ ਉੱਦਾਂ ਦੇ ਕੱਪੜੇ ਪਾ ਕੇ ਅਤੇ ਸਾਡੇ ਅੱਗੇ ਨੱਚ? ਬਿਲਕੁਲ। ਕੀ ਉਹ ਆਪਣੀ ਕੁੜੀ ਨੂੰ ਕਹਿ ਸਕਦੇ ਆ? ਕੀ ਉਹ ਆਪਣੀ 2 ਸਾਲ ਦੀ, 4 ਸਾਲ ਦੀ, 5 ਸਾਲ ਦੀ ਕੁੜੀ ਨੂੰ ਕਹਿਣਗੇ ਵੀ ਪੁੱਤ ਆਹ ਦੇਖ ਤੇਰੇ ਪਿਓ ਨੇ ਕੀ ਕਾਰਾ ਕੀਤਾ ਵੀ ਤੂੰ ਵੀ ਕਰ? ਰਾਈਟ। ਸੋ ਗੱਲ ਗੱਲ ਭਾਅ ਜੀ ਇਹ ਹੁੰਦੀ, ਕਹਿ ਦਿੰਦੇ ਜੀ ਅਸੀਂ ਫੇਕ ਨਹੀਂ ਆ। ਫੇਕ ਕਿਉਂ ਹੋਣੀ ਆ ਤੁਸੀਂ? ਤੁਸੀਂ ਆਪਣੇ ਘਰ ਕਹਿ ਸਕਦੇ ਹੋ ਆਪਣੀ ਮੰਮੀ ਡੈਡੀ ਨੂੰ, ਆਪਣੇ ਭੈਣ ਭਰਾਵਾਂ ਨੂੰ ਵੀ ਤੁਸੀਂ ਇੱਦਾਂ ਦੇ ਕੱਪੜੇ ਪਾ ਕੇ ਤੁਰੋ, ਜੇ ਤੁਸੀਂ ਫੇਕ ਨਹੀਂ ਹੋ, ਰੀਅਲ ਹੋ ਤਾਂ ਫਿਰ ਉਹ ਕੰਮ ਉਹਨਾਂ ਕੋਲ ਵੀ ਕਰਾਓ। ਠੀਕ ਠੀਕ ਨਹੀਂ? ਪਰ ਅਗੇਨ ਜਦੋਂ ਇਹ ਚੀਜ਼ਾਂ ਆ ਰਹੀਆਂ ਨੇ, ਇੱਕ ਇਹ ਵੀ ਜਿਹੜੀ ਦਲੀਲ ਦਿੱਤੀ ਜਾਂਦੀ ਜੇ ਲੋਕ ਮੰਗ ਕਰਦੇ ਨੇ, ਲੋਕਾਂ ਵੱਲੋਂ ਅਸੈਪਟੈਂਸ ਹੁੰਦੀ ਹੈ, ਕਿਉਂਕਿ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਇਹ ਬੜੀ ਇੱਕ ਚਿੰਤਾਜਨਕ ਗੱਲ ਹੈਗੀ ਕਿ ਇਹੋ ਜਿਹੀਆਂ ਵੀਡੀਓਜ਼ ਨੂੰ ਹਜ਼ਾਰਾਂ ਹੀ ਲਾਈਕ ਮਿਲ ਜਾਣਗੇ ਸੋਸ਼ਲ ਮੀਡੀਆ ਦੇ ਉੱਤੇ, ਪਰ ਜੇਕਰ ਕੋਈ ਸਹੀ ਕੰਮ ਕਾਜ ਲੈ ਕੇ ਤੁਸੀਂ ਅੱਗੇ ਆ ਰਹੇ ਹੋ ਤਾਂ ਸ਼ਾਇਦ ਉਨੀ ਸਪੋਰਟ ਨਾ ਮਿਲੇ। ਤਾਂ ਇਹ ਚੈਲੰਜ ਜਿਹੜਾ ਤੁਸੀਂ ਇਹਨੂੰ ਕਿਵੇਂ ਟੈਕਲ ਕਰਦੇ ਹੋ, ਕਿਉਂਕਿ ਤੁਹਾਡੇ ਨਾਲ 550 ਬੱਚੇ ਜਿਹੜੇ ਜੁੜੇ ਨੇ, ਉਹਨਾਂ ਦੇ ਪਰਿਵਾਰ ਅੱਗੇ ਹਜ਼ਾਰਾਂ ਤਾਦਾਦ ਵਿੱਚ ਲੋਕ ਜੁੜੇ ਹੋਏ ਨੇ, ਸੋ ਕਿਵੇਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਜਿਹੜਾ ਤੁਸੀਂ ਪੇਰੈਂਟਸ ਦੀ ਗੱਲ ਕੀਤੀ ਹੈ, ਪਰ ਬੱਚਿਆਂ ਨੂੰ ਤੁਸੀਂ ਕਿਵੇਂ ਸੰਭਾਲਦੇ ਹੋ, ਕਿਉਂਕਿ ਅਲਟੀਮੇਟਲੀ ਬੱਚੇ ਸੁਣਦੇ ਨੇ, ਜਦੋਂ ਇਹ ਸੁਣਦੇ ਨੇ ਤਾਂ ਉਹਨਾਂ ਦੇ ਵਿੱਚ ਵੀ ਇਹ ਗੱਲਬਾਤ ਆਫਕੋਰਸ ਜਜ਼ਬਾਤ ਉਹਨਾਂ ਦੇ ਉੱਠਦੇ ਹੋਣਗੇ, ਯਾਰ ਅਸੀਂ ਵੀ ਇਸ ਪਾਸੇ ਨੂੰ ਜਾਈਏ। ਬਿਲਕੁਲ ਭਾਅ ਜੀ, ਉੱਠਦੇ ਆ। ਕੋਸ਼ਿਸ਼ ਤਾਂ ਭਾਅ ਜੀ ਇਹ ਹੁੰਦੀ ਹੈ ਕਿ ਇਹੋ ਜਿਹੇ, ਮੈਂ ਤਾਂ ਘਟੀਆ ਹੀ ਕਹੂੰਗਾ ਕਿ ਘਟੀਆ ਸੌਂਗ ਨਾ ਲਾਏ ਜਾਣ। ਰਾਈਟ। ਠੀਕ ਹੈ ਜੀ, ਜਿਹੜੇ ਚੱਜ ਦੇ ਸੌਂਗ ਨੇ, ਜਿਹੜੇ ਲੋਕ ਚੱਜ ਨੂੰ, ਚੰਗੀ ਚੀਜ਼ ਨੂੰ ਪ੍ਰਮੋਟ ਕਰਦੇ ਪਏ ਨੇ, ਸੋ ਕੋਸ਼ਿਸ਼ ਇਹ ਹੁੰਦੀ ਹੈ ਭੰਗੜੇ ਨਾਲ ਰਿਲੇਟਡ ਹੋਣ। ਰਾਈਟ। ਠੀਕ ਹੈ ਜੀ, ਵੈਸੇ ਤਾਂ ਹੁਣ ਬਹੁਤ ਘੱਟ ਗਏ ਆ, ਕਿਉਂਕਿ ਜਿਉਂ ਜਿਉਂ ਜੀ ਉਹਦੀ ਡਿਮਾਂਡ ਵੱਧਦੀ ਪਈ ਆ, ਤਿਉਂ ਤਿਉਂ ਸਪਲਾਈ ਵੀ ਵੱਧਦੀ ਪਈ ਆ। ਠੀਕ ਠੀਕ ਹੈ ਜੀ, ਇਹ ਤਾਂ ਆਪਾਂ ਜਿਹੜੇ ਬੱਚੇ ਸਾਡੇ ਨਾਲ ਜੁੜੇ ਆ ਉਹਨਾਂ ਦੇ ਪੇਰੈਂਟਸ ਜਿਹੜੇ ਨੇ ਉਹ ਸੁਗਿਰਦ ਨੇ, ਉਹਨਾਂ ਨੂੰ ਪਤਾ ਆ ਇਸ ਚੀਜ਼ ਦਾ, ਸੁਣਦੇ ਆ। ਮੈਂ ਕਹਿੰਦਾ ਰਿਕੁਐਸਟ ਕਰਦਾ ਉਹਨਾਂ ਸਾਰਿਆਂ ਭੈਣ ਭਰਾਵਾਂ ਅੱਗੇ, ਉਹਨਾਂ ਪੇਰੈਂਟਸ ਅੱਗੇ, ਕਿ ਜਦੋਂ ਤੁਸੀਂ ਸੁਣਦੇ ਪਏ ਹੋ ਗਾਣਾ ਕਮ ਸੇ ਕਮ ਸੁਣੋ, ਮੈਂ ਇਹ ਨਹੀਂ ਕਹਿੰਦਾ ਕਿ ਨਾ ਸੁਣੋ, ਚੀਜ਼ ਬਣੀ ਆ ਤੁਸੀਂ ਸੁਣਨੀ ਆ, ਸਾਡੇ ਕਹਿਣਾ ਤਾਂ ਖੜਨਾ ਨਹੀਂ ਕਿਸੇ, ਪ੍ਰਮੋਟ ਨਾ ਕਰੋ, ਪਰ ਪਲੀਜ਼ ਉਸ ਚੀਜ਼ ਨੂੰ ਪ੍ਰਮੋਟ ਨਾ ਕਰੋ। ਰਾਈਟ। ਆਪਣੇ ਬੱਚਿਆਂ ਨੂੰ ਨਾ ਸੁਣਾਓ ਉਹ ਚੀਜ਼ਾਂ। ਐਬਸੋਲੂਟਲੀ, ਬਿਲਕੁਲ, ਹੈ ਨਾ ਜੀ, ਕਿਉਂਕਿ ਬੱਚਾ ਵਿਗੜ ਗਿਆ, ਦੇਖੋ ਜੀ ਇਹੋ ਹੀ ਬਿਲਡਿੰਗ ਆ, ਜੇ ਆਪਾਂ ਏਡੀ ਦੂਰ ਆ ਕੇ ਆਪਣੀ ਔਲਾਦ ਹੀ ਨਾ ਸਾਂਭ ਸਕੇ, ਕੀ ਫਾਇਦਾ ਹੋਇਆ? ਕੀ ਫਾਇਦਾ ਹੋਇਆ ਐਡੀ ਦੂਰ ਆ ਕੇ ਆਪਾਂ ਨੂੰ ਇੱਥੇ ਮਿਹਨਤ ਕਰਨ ਦੀ? ਉੱਤੋਂ ਵਿਚਾਰ ਨੇ ਤੁਹਾਡੇ ਅਤੇ ਆਸ ਕਰਦੇ ਹਾਂ ਕਿ ਦਰਸ਼ਕ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ ਜ਼ਰੂਰ ਇਸ ਦੇ ਉੱਤੇ ਸਟੈਂਡ ਲੈਣਗੇ। ਗਗਨਦੀਪ, ਤੁਸੀਂ ਜਾਂਦੇ ਹੋ ਇਵੈਂਟਸ ਦੇ ਵਿੱਚ ਜਿਹੜੇ ਨਾਲ ਜਾਂਦੇ ਹੋ, ਕਿਉਂਕਿ ਹਰ ਥਾਂ ਦਾ ਇੱਕ ਵੱਖਰਾ ਮਾਹੌਲ ਹੁੰਦਾ ਹੈ, ਜਿਹੜੇ ਮੇਜਰ ਇਵੈਂਟਸ ਤੁਸੀਂ ਕਵਰ ਕਰਦੇ ਹੋ ਉਹਨਾਂ 'ਚੋਂ ਕਿਹੜੇ ਕਿਹੜੇ ਹੈਗੇ ਨੇ ਜੀ? ਮੇਜਰ ਇਵੈਂਟ ਸਰ ਸਾਡੇ ਐਨੂਅਲੀ ਦਾ ਇੱਕ ਅਸੀਂ ਲੋਹੜੀ ਮਨਾਉਂਦੇ ਹਾਂ, ਜਾਂ ਹੁਣ ਕਿ ਆਪਣਾ ਸ਼ਨੀਵਾਰ ਨੂੰ ਆ ਰਿਹਾ ਆ ਸ਼ੋਅ। ਸੋ ਉਹਦੇ ਵਿੱਚ ਕੀ ਹੈ ਜੀ, ਪਹਿਲਾਂ ਲੋਹੜੀ ਪੁਰਾਣੇ ਸਮੇਂ 'ਚ ਸਿਰਫ ਇੱਕ ਮੁੰਡੇ ਦੀ ਪਾਈ ਜਾਂਦੀ ਸੀ, ਅਤੇ ਹੁਣ ਉਨੀ ਹੀ ਖੁਸ਼ੀ ਨਾਲ ਲੋਕ ਕੁੜੀ ਦੀ ਲੋਹੜੀ ਮਨਾਉਂਦੇ ਆ ਜਿੰਨੀ ਕਿ ਖੁਸ਼ੀ ਨਾਲ ਮੁੰਡੇ ਦੀ ਮਨਾਉਂਦੇ ਹੁੰਦੇ ਸੀ। ਸੋ ਇਸ ਇਵੈਂਟ ਦੇ ਵਿੱਚ ਅਸੀਂ, ਇਹ ਬੱਚਿਆਂ ਦਾ ਤਿਉਹਾਰ ਆ, ਕਿਉਂਕਿ ਬੱਚੇ ਆਪਣਾ ਆਉਣ ਵਾਲਾ ਭਵਿੱਖ ਨੇ ਜੀ, ਸੋ ਜੇ ਆਪਾਂ ਭਵਿੱਖ ਨਾਲ ਸਾਂਭਿਆ ਤਾਂ ਆਪਣਾ ਅੱਗੇ ਕੁਛ ਨਹੀਂ ਬਣ ਸਕਦਾ, ਆਪਣੀ ਕਲਚਰ ਦਾ, ਆਪਣੀ ਕੌਮ ਦਾ। ਸੋ ਇਹ ਇਵੈਂਟ ਦੇ ਵਿੱਚ ਸਾਰੇ ਲੋਕ ਇਕੱਠੇ ਹੋ ਕੇ ਐਜ ਆ ਪਰਿਵਾਰ ਵਾਂਗੂ ਸ਼ੋਅ ਨੂੰ ਸੈਲੀਬ੍ਰੇਟ ਕਰਦੇ ਆ, ਜਿੱਥੇ ਕਿ ਤਿਉਹਾਰ ਤਾਂ ਸੈਲੀਬ੍ਰੇਟ ਹੁੰਦਾ ਹੀ ਹੁੰਦਾ ਕਿ ਪਿਆਰ ਵੀ ਵੱਧਦਾ, ਪਰ ਮੈਸੇਜ ਜਿਹੜਾ ਹੈਗਾ ਇਸ ਇਕੁਐਲਿਟੀ ਦਾ ਉਹ ਵੀ ਜਾਂਦਾ ਕਿ ਬਈ ਮੁੰਡੇ ਅਤੇ ਕੁੜੀ 'ਚ ਕੋਈ ਅੰਤਰ ਨਹੀਂ ਹੈਗਾ। ਹਾਂਜੀ। ਅਤੇ ਜਿਹੜੀ ਅੱਜ ਭਰੂਣ ਹੱਤਿਆ ਦਾ ਅਸੀਂ ਜ਼ਿਕਰ ਕਰਦੇ ਹਾਂ ਕਿ ਬਹੁਤ ਗੰਭੀਰ ਸਮੱਸਿਆ ਹੈ, ਇੱਕ ਸਹੀ ਮੈਸੇਜ ਜਿਹੜਾ ਹੈਗਾ ਉਸ ਸਮੇਂ ਲੋਕਾਂ ਤੱਕ ਪਹੁੰਚਦਾ ਹੈ। ਹਾਂਜੀ।
ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਇਵੈਂਟਸ ਹੁੰਦੇ ਨੇ? ਤੁਹਾਡਾ ਧੰਨਵਾਦ ਗਗਨਦੀਪ ਇੱਥੇ ਆ ਕੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਉਣ ਲਈ, ਅਤੇ ਸਾਨੂੰ ਮਾਣ ਹੈ ਤੁਹਾਡੇ ਵਰਗੇ ਯੂਥ ਦੇ ਉੱਤੇ ਕਿ ਤੁਸੀਂ ਸਟੈਂਡ ਲੈ ਰਹੇ ਹੋ ਇਹਨਾਂ ਸੋਸ਼ਲ ਈਵਲਸ ਦੇ ਉੱਤੇ ਅਤੇ ਆਵਾਜ਼ ਬੁਲੰਦ ਕਰ ਰਹੇ ਹੋ। ਸੋ ਬ੍ਰੇਕ ਤੋਂ ਬਾਅਦ ਅਸੀਂ ਇੰਟਰੋਡਿਊਸ ਕਰਨਾ ਚਾਹਾਂਗੇ ਇੱਕ ਹੋਰ ਤੁਹਾਡੇ ਆਏ ਹੋਏ ਗੈਸਟ ਮਨਪ੍ਰੀਤ ਸਿੰਘ ਨੂੰ, ਜਿਹੜੇ ਕਿ ਕੁਝ ਬੋਲੀਆਂ ਪਾ ਕੇ ਵੀ ਸਾਡੇ ਨਾਲ ਸਾਂਝ ਪਾਉਣਗੇ। ਸੋ ਧੰਨਵਾਦ ਤੁਹਾਡਾ ਇੱਥੇ ਆਉਣ ਲਈ। ਇਸ ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ। ਅੱਜ ਦੀ ਇਸ ਰੀਅਲ ਇਸਟੇਟ ਮਾਰਕੀਟ ਵਿੱਚ ਜ਼ਰੂਰਤ ਹੈ ਇੱਕ ਤਜਰਬੇਕਾਰ ਅਤੇ ਮਿਹਨਤੀ ਰੀਅਲ ਇਸਟੇਟ ਏਜੰਟ ਦੀ, ਜੋ ਤੁਹਾਡੀ ਪ੍ਰਾਪਰਟੀ ਨੂੰ ਸਹੀ ਤਰੀਕੇ ਨਾਲ ਮਾਰਕੀਟ ਵਿੱਚ ਪੇਸ਼ ਕਰ ਸਕੇ, ਅਤੇ ਖਾਸ ਕਰਕੇ ਜਦ ਤੁਸੀਂ ਘਰ ਵੇਚਣਾ ਹੈ ਤਾਂ ਕਮਿਸ਼ਨ ਵਿੱਚ ਹਜ਼ਾਰਾਂ ਹੀ ਡਾਲਰਸ ਦੀ ਬਚਤ ਕਰਵਾ ਸਕੇ। ਮਕਾਨ ਮਾਲਕ ਕਈ ਆਪਸ਼ਨਸ ਦੀ ਵਰਤੋਂ ਕਰਕੇ ਆਪਣੀ ਟਰਮਸ ਅਤੇ ਲਿਸਟਿੰਗ ਇੱਕ ਫਲੈਟ ਫੀ ਦੇ ਕੇ ਕਰ ਸਕਦੇ ਹਨ। ਵਨ ਫਲੈਟ ਫੀ ਦੇ ਮਯੂਰ ਅਰੋੜਾ ਤੁਹਾਨੂੰ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਮਦਦ ਕਰ ਸਕਦੇ ਹਨ, ਕਿਉਂਕਿ ਇਹਨਾਂ ਨੇ ਲੋਅਰ ਮੇਨਲੈਂਡ ਵਿੱਚ ਪਿਛਲੇ ਕਈ ਸਾਲਾਂ ਤੋਂ ਹਜ਼ਾਰਾਂ ਹੀ ਪ੍ਰਾਪਰਟੀਜ਼ ਵੇਚੀਆਂ ਹਨ। ਅੱਜ ਹੀ ਕਾਲ ਕਰੋ 604-725-1000 ਜਾਂ ਫਿਰ ਵਿਜ਼ਿਟ ਕਰੋ oneflatfee.ca। ਸ਼ਾਨ ਏ ਪੰਜਾਬ ਆਰਟਸ ਕਲੱਬ ਨੂੰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੱਥੇ ਆਪਣੇ ਵਿਰਸੇ ਨਾਲ ਬੱਚਿਆਂ ਨੂੰ ਜੋੜਿਆ ਜਾਵੇ, ਪਰ ਉਸਦੇ ਨਾਲ ਨਾਲ ਜੋ ਸੋਸ਼ਲ ਈਵਲਸ ਅੱਜ ਸਮਾਜ ਵੱਧਦੇ ਜਾ ਰਹੇ ਨੇ ਉਸ ਬਾਰੇ ਵੀ ਜਾਗਰੂਕਤਾ ਵਧਾਈ ਜਾਵੇ। ਐਂਡ ਇਹ ਕੰਮ ਜੋ ਹੈ ਇਕੱਲੇ ਹੋ ਨਹੀਂ ਸਕਦਾ, ਇਸ ਵਾਸਤੇ ਸਮਾਜ ਦਾ ਦੇਣ ਜੋ ਹੈ ਬਹੁਤ ਵੱਡਾ ਹੋਣਾ ਚਾਹੀਦਾ ਹੈ। ਯਾਨੀ ਕਿ ਮਾਂ ਬਾਪ ਵੀ ਆਪਣਾ ਰੋਲ ਨਿਭਾਉਣ, ਸੁਸਾਇਟੀ ਵੀ ਨਿਭਾਏ, ਤਾਂ ਡੈਫੀਨੇਟਲੀ ਇਸ ਇਸ਼ੂ ਨੂੰ ਅਸੀਂ ਟੈਕਲ ਕਰ ਸਕਦੇ ਹਾਂ। ਲੇਕਿਨ ਸਿਰਫ ਜੇਕਰ ਗੱਲਾਂ ਤੱਕ ਸੀਮਿਤ ਰਹਾਂਗੇ ਤਾਂ ਫਿਰ ਜੋ ਅੱਜ ਸਾਡੇ ਸਾਹਮਣੇ ਹੋ ਰਿਹਾ ਇਹ ਸ਼ਾਇਦ ਚੱਲਦਾ ਰਹੇਗਾ। ਇਸੇ ਨੂੰ ਮੁੱਖ ਰੱਖ ਕੇ ਆਓ ਸਟੂਡੀਓ ਦੇ ਵਿੱਚ ਜਿਹੜੇ ਸਾਡੇ ਅਗਲੇ ਮਹਿਮਾਨ ਨੇ ਨਾਲ, ਜਤਿੰਦਰ ਸਿੰਘ ਦੇ ਮਨਪ੍ਰੀਤ ਸਿੰਘ, ਜਿਹੜੇ ਕਿ ਬੋਲੀਆਂ ਵੀ ਪਾਉਂਦੇ ਨੇ, ਉਹਨਾਂ ਨਾਲ ਵੀ ਤੁਹਾਡੇ ਨਾਲ ਸਾਂਝ ਪਵਾ ਕੇ ਗੱਲਬਾਤ ਕਰਦੇ ਹਾਂ। ਜੀ ਹਾਂ ਜੀ, ਵੈਲਕਮ। ਥੈਂਕ ਯੂ। ਤੁਸੀਂ ਬੋਲੀਆਂ ਰਾਹੀਂ ਜੋ ਹੈ ਇਹ ਜੋ ਸਾਡਾ ਕਲਚਰ ਇਸ ਨੂੰ ਪ੍ਰਮੋਟ ਕਰਦੇ ਹੋ ਅਤੇ ਸ਼ਾਨੇ ਪੰਜਾਬ ਆਰਟਸ ਕਲੱਬ ਨਾਲ ਜੁੜੇ ਹੋਏ ਹੋ, ਕੁਝ ਚਾਹਾਂਗੇ ਕਿ ਸ਼ੁਰੂਆਤ ਦੇ ਵਿੱਚ ਹੀ ਕੁਝ ਸਾਡੇ ਨਾਲ ਸਾਂਝ ਪਾਓ ਜਿਹੜੀ ਤੁਹਾਡੇ ਮਨ ਦੇ ਬਹੁਤ ਕਰੀਬ ਹੈਗੀ ਹੈ ਅਤੇ ਬੱਚਿਆਂ ਨੂੰ ਤੁਸੀਂ ਸਮਝਦੇ ਹੋ ਕਿ ਪ੍ਰੇਰਿਤ ਕਰ ਸਕਦੀ ਹੈ। ਜੀ, ਮੈਂ ਰੰਮੀ ਰੰਧਾਵਾ ਜੀ ਅਤੇ ਪ੍ਰਿੰਸ ਰੰਧਾਵਾ ਜੀ, ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਆਪਣੇ ਕਲਚਰ ਨੂੰ ਬਹੁਤ ਡਿਵੈਲਪ ਕਰ ਰਹੇ ਨੇ, ਉਹ ਚੰਗੀਆਂ ਚੀਜ਼ਾਂ ਵੱਲ ਨੂੰ ਲੈ ਕੇ ਜਾ ਰਹੇ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ। ਉਹ ਬਹੁਤ ਚੰਗੀਆਂ ਲਾਈਨਾਂ ਲੱਗਦੇ, ਉਹ 'ਚ ਉਹਦੇ ਵਿੱਚੋਂ ਕੁਝ ਕੁ ਚੰਗੀਆਂ ਲਾਈਨਾਂ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ, ਜਿਹੜੇ ਅੱਜ ਕੱਲ੍ਹ ਦੇ ਸਿੰਗਰ ਜੱਟਾਂ ਨੂੰ ਬਦਨਾਮ ਕਰਦੇ ਆ ਜੀ, ਜੱਟ ਫਲਾਣ ਟੀਂਗ, ਜੱਟਾਂ ਦੀ ਅਸਲੀ ਰਿਐਲਿਟੀ ਉਹ ਸ਼ੋਅ ਕਰਾਂਗਾ। ਹੋ ਜਿਹੜਾ ਗੀਤਾਂ ਵਿੱਚ ਨਿੱਤ ਬੰਦੇ ਮਾਰਦਾ, ਹੋ ਜਿਹਨੂੰ ਡਰ ਨਹੀਂ ਉਹ ਭੋਰਾਈ ਸਰਕਾਰ ਦਾ, ਹੋ ਜਿਹੜਾ ਗੀਤਾਂ ਵਿੱਚ ਨਿੱਤ ਬੰਦੇ ਮਾਰਦਾ, ਹੋ ਜਿਹਨੂੰ ਡਰ ਨਹੀਂ ਉਹ ਭੋਰਾਈ ਸਰਕਾਰ ਦਾ, ਹੋ ਜਿਹਨੂੰ ਡਰ ਨਹੀਂ ਉਹ ਭੋਰਾਈ ਸਰਕਾਰ ਦਾ, ਹੋ ਨਿੱਤ ਨਵੇਂ ਪੰਗੇ ਲੈਂਦਾ ਏ, ਹੋ ਸਾਨੂੰ ਦੱਸਿਓ ਜਿਹੜਾ ਕਿ ਗਾਉਣ ਵਾਲਿਓ, ਹੋ ਜੱਟ ਕਿਹੜੇ ਪਿੰਡ ਰਹਿੰਦਾ ਏ, ਹੋ ਸਾਨੂੰ ਦੱਸਿਓ ਜਿਹੜਾ ਕਿ ਗਾਉਣ ਵਾਲਿਓ, ਹੋ ਜੱਟ ਕਿਹੜੇ ਪਿੰਡ ਰਹਿੰਦਾ ਏ। ਬਿਲਕੁਲ, ਅੱਜ ਅਸੀਂ ਜੋ ਦੇਖ ਰਹੇ ਹਾਂ ਹਕੀਕਤ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਇਹਨਾਂ ਗੀਤਾਂ ਦੇ ਵਿੱਚ ਕਈ ਵਾਰ ਉਹ ਚੀਜ਼ਾਂ ਨੂੰ ਉਜਾਗਰ ਕੀਤਾ ਜਾਂਦਾ ਜਿਹੜਾ ਕਿ ਬਿਲਕੁਲ ਹੀ ਕਿਸੇ ਕੌਮ ਨਾਲ, ਕਿਸੇ ਸਮਾਜ ਨਾਲ ਬਿਲਕੁਲ ਚੀਜ਼ ਜੁੜਦੀ ਨਹੀਂ ਹੈਗੀ। ਸੋ ਇਹ ਬੜੀ ਵਧੀਆ ਗੱਲ ਹੈ ਕਿ ਤੁਸੀਂ ਇਹ ਕੁਝ ਸਿੰਗਰਸ ਵੀ ਆ ਰਹੇ ਨੇ ਜਿਹੜੀ ਇਹਨਾਂ ਚੀਜ਼ਾਂ ਨੂੰ, ਇਹਨਾਂ ਦੀ ਨਿਖੇਧੀ ਕਰ ਰਹੇ ਨੇ, ਕੁਝ ਹੋਰ ਸਹੀ ਰੂਪ ਜਿਹੜਾ ਲੈ ਕੇ ਆ ਰਹੇ ਨੇ। ਸੋ ਕਮਿੰਗ ਬੈਕ ਟੂ ਸਾਣੇ ਪੰਜਾਬ ਆਰਟਸ ਕਲੱਬ, ਤੁਹਾਡੇ ਜਿਹੜੇ ਇਵੈਂਟਸ ਨੇ ਇਸ ਬਾਰੇ ਗਗਨਪ੍ਰੀਤ ਨੇ ਵੀ ਥੋੜ੍ਹੀ ਜਿਹੀ ਗੱਲ ਕੀਤੀ ਸੀ, ਅਤੇ ਬਾਹਰ ਜਿਹੜਾ ਤੁਸੀਂ ਜਾਂਦੇ ਹੋ ਉਹਨਾਂ 'ਚ ਕਿਹੜੇ ਮੇਜਰ ਤੁਸੀਂ ਇਵੈਂਟਸ ਨੂੰ ਅਟੈਂਡ ਕਰਦੇ ਹੈਗੇ? ਬਾਹਰ ਭਾਅ ਜੀ, ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜਾ ਵੀ ਟੌਪ ਕੰਪੀਟੀਸ਼ਨਸ ਹੁੰਦੇ ਆ, ਹੁਣ ਪਿਛਲੇ ਸਾਲ ਇੱਕ ਧਮਕ ਕੰਪੀਟੀਸ਼ਨ ਹੋ ਕੇ ਹਟਿਆ, GHG ਕੰਪੀਟੀਸ਼ਨ ਹੋ ਕੇ ਹਟਿਆ ਕੈਲੀਫੋਰਨੀਆ ਦੇ ਵਿੱਚ, ਅੱਛਾ ਜੀ, ਅਤੇ ਵੈਸਟ ਕੋਸਟ ਭੰਗੜਾ ਹੋ ਕੇ ਹਟਿਆ। ਸੋ ਮੋਸਟ ਪ੍ਰੋਬੇਬਲੀ ਅਸੀਂ ਉੱਥੇ ਜਾਂਦੇ ਹਾਂ ਅਤੇ ਗਾਂਹ ਵੀ ਜਾਵਾਂਗੇ ਜੀ, ਅਤੇ ਕਾਫੀ ਵੱਡੇ ਕੰਪੀਟੀਸ਼ਨਸ ਹੁੰਦੇ ਆ ਜਿਹੜੇ ਆਪਾਂ ਜਿੱਤੇ ਵੀ ਆ। ਸੋ ਫਸਟ ਪਲੇਸ ਆਏ ਆ ਤਿੰਨਾਂ ਜਗ੍ਹਾ ਦੇ ਉੱਤੇ, ਅਤੇ ਲੋਕਲ ਕੰਪੀਟੀਸ਼ਨ ਬਹੁਤ ਘੱਟ ਗਏ ਨੇ, ਸਿਰਫ ਇੱਕ ਹੀ ਕੰਪੀਟੀਸ਼ਨ ਹੁੰਦਾ ਆ। ਸੋ ਉਹਦੇ ਵਿੱਚ ਆਪਣੀ ਪਿਛਲੇ ਵਾਰ ਸੈਕਿੰਡ ਪਲੇਸ ਸੀ ਦੋ ਲਾਈਵ ਦੇ ਵਿੱਚ, ਅਤੇ ਪਹਿਲੀ ਵਾਰ ਅਸੀਂ ਲਾਈਵ ਟਰਾਈ ਕੀਤਾ ਸੀ, ਅਤੇ ਮਿਊਜ਼ਿਕ 'ਤੇ ਜਨਰਲੀ ਅਸੀਂ ਜਾਂਦੇ ਹੈਗੇ। ਸੋ ਬਾਹਰ ਅਤੇ ਬਾਕੀ ਪਿਛਲੇ ਸਾਲ ਸਾਨੂੰ BC ਪਲੇਸ ਦੇ ਵਿੱਚ ਪਰਫੋਰਮੈਂਸ ਕਰਨ ਦਾ ਮੌਕਾ ਮਿਲਿਆ, BC ਲਾਇੰਸ ਦੀ ਗੇਮ ਦੇ ਵਿੱਚ, ਅਤੇ ਇਹ ਸਾਡੀਆਂ ਕੁਝ ਪਰਫੋਰਮੈਂਸਿਸ ਸੀ ਬਹੁਤ ਕੁ ਜਿਹੜੀਆਂ ਸਾਨੂੰ ਪ੍ਰਾਊਡ ਫੀਲ ਕਰਾਉਂਦੀਆਂ ਜੀ। ਵੰਡਰਫੁਲ। ਐਂਡ ਆਫਕੋਰਸ ਇਹਦੇ ਨਾਲ ਬੱਚਿਆਂ ਦੀ ਜਿਹੜੀ ਹੌਸਲਾ ਅਫਜ਼ਾਈ ਹੁੰਦੀ ਉਹ ਇੱਕ ਵੱਖਰੀ ਹੀ ਗੱਲ ਹੁੰਦੀ ਹੈ, ਪਰ ਇਸਦੇ ਨਾਲ ਨਾਲ ਹੁਣ ਦੇਖੋ ਤੁਸੀਂ ਉਹ ਇਸਟੈਬਲਿਸ਼ ਕਰ ਚੁੱਕੇ ਹੋ ਆਪਣਾ ਨਾਂ, ਬੱਚਿਆਂ ਨੂੰ ਵੀ, ਪੇਰੈਂਟਸ ਨੂੰ ਵੀ ਪਤਾ ਕਿ ਜੀ ਇਹ ਉਹ ਥਾਂ ਹੈ ਜਿੱਥੇ ਜਾ ਕੇ ਇਹਨਾਂ ਨੂੰ ਨਾ ਸਿਰਫ ਇਹੋ ਜਿਹੀ ਟ੍ਰੇਨਿੰਗ ਮਿਲਦੀ ਹੈ ਜਿਹਦੇ ਨਾਲ ਕਿ ਉਹ ਭੰਗੜੇ ਵਿੱਚ ਜਾਂ ਗਿੱਧੇ ਵਿੱਚ ਟੌਪ 'ਤੇ ਪਹੁੰਚ ਸਕਣ, ਪਰ ਉਸਦੇ ਨਾਲ ਨਾਲ ਇਨਸਾਨੀ ਕਦਰਾਂ ਕੀਮਤਾਂ ਜਿਹੜੀਆਂ ਉੱਤੇ ਵੀ ਤੁਸੀਂ ਫੋਕਸ ਕਰਦੇ ਹੋ। ਕੋਈ ਫਿਊਚਰ ਮੇਜਰ ਪ੍ਰੋਜੈਕਟਸ ਹੈਗੇ ਨੇ ਜਿਹਦੇ ਨਾਲ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਹੋਰ ਵੱਖਰੇ ਲੈਵਲ 'ਤੇ ਲਿਜਾਣਾ ਚਾਹੁੰਦੇ? ਹਾਂਜੀ, ਫਿਲਹਾਲ ਜਿਹੜਾ ਵੀ ਇਵੈਂਟ ਹੈਗੇ ਆ ਸਾਡੇ, ਅਸੀਂ ਸਾਲ ਦੇ ਸ਼ੁਰੂ ਦੇ ਵਿੱਚ
ਲੋਹੜੀ ਮਨਾਉਣੇ ਹੈਗੇ ਆ ਜਿੱਦਾਂ ਗਗਨਦੀਪ ਨੇ ਦੱਸਿਆ, ਅਤੇ ਉਸ ਤੋਂ ਬਾਅਦ ਵਿਸਾਖੀ ਆ ਜਾਣੀ ਆ। ਵਿਸਾਖੀ ਦੇ ਉੱਤੇ ਅਸੀਂ ਡੋਨੇਸ਼ਨ ਇਕੱਠੀ ਕਰਦੇ ਹਾਂ, ਸੋ ਸਾਡੇ ਕੋਲ ਦੇ ਮਤਲਬ ਇੱਕ ਦਿਨ ਦੇ ਵਿੱਚ $50-60 ਇਕੱਠਾ ਹੋ ਜਾਂਦਾ ਆ। ਉਸ ਜਿਹੜਾ ਨੀਡੀ ਬੰਦਾ ਹੁੰਦਾ ਆ ਜਾਂ ਕੋਈ ਵੀ ਸੰਸਥਾ ਹੈਗੀ ਆ, ਪਿੰਗਲਵਾੜਾ ਸੰਸਥਾ ਹੈਗੀ ਆ, ਸੋ ਉਹਨੂੰ ਡੋਨੇਟ ਕਰ ਦਿੰਦੇ ਹਾਂ ਸਾਰਾ। ਵੈਂਕੂਵਰ ਦੇ ਵਿੱਚ ਅਤੇ ਸਰੀ ਦੇ ਵਿੱਚ ਦੋਨੋਂ ਜਗ੍ਹਾ ਅਸੀਂ ਕਰਦੇ ਹਾਂ ਜੀ। ਫਿਰ ਉਸ ਤੋਂ ਬਾਅਦ ਸਾਡਾ ਨੱਚਦੀ ਸ਼ਾਮ ਈਵੈਂਟ ਆਉਂਦਾ ਹੈਗਾ ਆ, ਫਿਰ ਇੱਕ ਢੋਲਕੀ ਨਾਈਟ ਈਵੈਂਟ ਆਉਂਦਾ ਹੈਗਾ ਆ। ਲੇਕਿਨ ਮੈਂ ਇੱਕ ਗੱਲ ਦੱਸਣਾ ਚਾਹਾਂਗਾ ਕਿ ਜਿਹੜਾ ਵੀ ਸਾਡੇ ਕੋਲ ਪੈਸਾ ਇਕੱਠਾ ਹੁੰਦਾ ਆ ਜੀ ਇਹਨਾਂ ਫੰਡ ਰੇਜ਼ਰ ਦੇ ਵਿੱਚ, ਉਹ ਅਸੀਂ ਸਾਰੇ ਦਾ ਸਾਰਾ ਡੋਨੇਟ ਕਰਦੇ ਹਾਂ BC ਚਿਲਡਰਨ ਹੋਸਪਿਟਲ ਨੂੰ। ਓਕੇ, ਅਤੇ ਜਿਸ ਤਰ੍ਹਾਂ ਤੁਸੀਂ ਫਿਊਚਰਸ ਦੀ ਗੱਲ ਕੀਤੀ ਹੈ ਜੀ, ਫਿਊਚਰ ਦੇ ਵਿੱਚ ਅਸੀਂ ਇੱਕ ਡਾਕੂਮੈਂਟਰੀ ਬਣਾਉਣ ਦੀ ਟਰਾਈ ਕਰਦੇ ਪਏ ਹਾਂ, ਸੋ ਸਾਰੀ ਸਕ੍ਰਿਪਟ ਵਗੈਰਾ ਰੈਡੀ ਹੈਗੀ ਆ ਜੀ, ਜਿਹੜੀ ਕਿ ਇੱਕ ਡਿਫਰੈਂਟ ਸੋਚ ਹੈਗੀ ਆ ਕਿ ਇੱਕ ਮੈਟਾਬੋਲਿਕ ਸਿੰਡਰਮ ਹੁੰਦਾ ਹੈ ਜਿਵੇਂ ਓਬੈਸਿਟੀ ਹੋ ਗਿਆ, ਹਾਈ ਬਲੱਡ ਪ੍ਰੈਸ਼ਰ ਆ, ਅੱਜ ਕੱਲ੍ਹ ਮੈਂਟਲ ਇਲਨੈਸ ਦੀ ਗੱਲ ਬਹੁਤ ਚੱਲ ਰਹੀ ਹੈ, ਡਾਇਬਟਿਕ ਆ ਪੇਸ਼ੈਂਟਸ, ਡਾਇਬਟਿਕ ਪੇਸ਼ੈਂਟਸ ਨੇ, ਸੋ ਇਹ ਮੈਟਾਬੋਲਿਕ ਡਿਸੀਜ਼ ਨੇ, ਸੋ ਉਹਦੀ ਐਕਸਰਸਾਈਜ਼ ਦੇ ਕੀ ਫਾਇਦੇ ਨੇ ਇਹਨਾਂ ਡਿਸੀਜ਼ ਦੇ ਵਿੱਚ, ਅਤੇ ਭੰਗੜਾ ਕਿਸ ਤਰ੍ਹਾਂ ਆਪਾਂ ਮਤਲਬ ਫੁੱਲ ਬੋਡੀ ਐਕਸਰਸਾਈਜ਼, ਬਹੁਤ ਵਿਗਰਸ ਐਕਸਰਸਾਈਜ਼ ਆ, ਸੋ ਜਿਹੜੇ ਲੋਕ ਇਹਨਾਂ ਬਿਮਾਰੀਆਂ ਤੋਂ ਗ੍ਰਸਤ ਨੇ ਉਹਨਾਂ ਵਾਸਤੇ ਕਿੰਨਾ ਕੁ ਹੈਲਪਫੁੱਲ ਹੈਗਾ ਆ। ਸੋ ਇਹ ਇੱਕ ਪ੍ਰੋਜੈਕਟ ਹੈਗਾ ਆ, ਫਸਟ ਪ੍ਰੋਜੈਕਟ ਸਾਡਾ ਇਹ ਆ। ਹੁਣ ਸੈਕਿੰਡ ਪ੍ਰੋਜੈਕਟ ਜੀ, 12 ਮਈ ਨੂੰ ਅਸੀਂ ਕਲਚਰਲ ਈਵੈਂਟ ਕਰਾਉਣ ਜਾ ਰਹੇ ਹਾਂ, ਉਹਦੇ ਵਿੱਚ ਭੰਗੜੇ ਤੋਂ ਇਲਾਵਾ ਜਿਹੜੇ ਡਾਂਸ ਅਸੀਂ ਭੁੱਲ ਚੁੱਕੇ ਹਾਂ, ਵਿਸਾਰ ਚੁੱਕੇ ਹਾਂ, ਸੰਮੀ ਹੋ ਗਈ, ਡੰਡਾਸ ਹੋ ਗਿਆ, ਸੋ ਕਈਆਂ ਨੂੰ ਪਤਾ ਵੀ ਨਹੀਂ ਹੈਗਾ ਇਹਨਾਂ ਨਾਵਾਂ ਦਾ, ਸੋ ਉਹ ਦੁਬਾਰਾ ਜਾਗਰਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ। ਉਹਦੇ ਵਿੱਚ ਸਾਡੀ ਹੈਲਪ ਕਰਨ ਵਾਸਤੇ 2 ਬੰਦੇ ਅਸੀਂ ਇੰਡੀਆ ਤੋਂ ਵੀ ਸੱਦੇ ਹੈਗੇ ਆ, ਅਤੇ ਉਹ ਟੀਮਾਂ ਤਿਆਰ ਕਰਨਗੇ। ਸੋ ਉਹਦਾ ਜਿਹੜਾ ਆ ਲੋਹੜੀ ਤੋਂ ਬਾਅਦ, ਬਸ ਹੁਣ ਮੇਨ ਪ੍ਰੋਜੈਕਟ ਸਾਡਾ ਉਹ ਹੀ ਆ, ਉਹ ਅਸੀਂ ਫਿਨਿਸ਼ ਕਰਕੇ ਫਿਰ ਇੱਕ ਸਾਡਾ ਜਿਹੜਾ ਮੇਜਰ ਪੂਰੇ ਵਰਲਡ ਦੇ ਵਿੱਚ ਅਸੀਂ ਸੋਚਦੇ ਪਏ ਕਿ ਇੱਕ ਭੰਗੜਾ ਵਰਲਡ ਲੀਗ ਚਾਲੂ ਕੀਤੀ ਜਾਵੇ, ਜਿਹਦੇ ਵਿੱਚ ਅਸੀਂ ਗੱਲ ਚੱਲਦੀ ਪਈ ਹੈ ਸਾਡੀ ਸਪੋਂਸਰਸ ਦੇ ਨਾਲ। ਸੋ ਵਧੀਆ ਹੋਵੇ, ਮਤਲਬ ਟੋਪ ਆਫ ਦਾ ਲਾਈਨ ਹੋਵੇ, ਫਸਟ ਇਨਾਮ ਜਿਹੜਾ 10,000, ਸੈਕਿੰਡ ਇਨਾਮ 7,000, ਥਰਡ ਇਨਾਮ ਜਿਹੜਾ ਆ ਉਹ $5,000 ਤੱਕ ਡਾਲਰ ਦਾ ਹੋਵੇ। ਸੋ ਸਾਡੀ ਗੱਲ ਚੱਲਦੀ ਪਈ ਹੈ ਸਪੋਂਸਰਸ ਦੇ ਨਾਲ, ਜੇ ਸਾਡਾ ਇਹ ਸਾਰਾ ਪ੍ਰੋਜੈਕਟ ਚੱਲ ਜਾਂਦਾ ਹੈ ਵਧੀਆ ਤਰੀਕੇ ਨਾਲ, ਫਿਰ ਅਸੀਂ ਹਰ ਕੰਟਰੀ ਦੇ ਵਿੱਚ ਕਰਾਵਾਂਗੇ, ਕਿ ਕੈਨੇਡਾ ਦੇ ਵਿੱਚ, USA ਦੇ ਵਿੱਚ, ਅਤੇ ਨਾਲ ਬ੍ਰਿਟੇਨ ਦੇ ਵਿੱਚ, UK ਦੇ ਵਿੱਚ, ਇੱਕ ਆਸਟ੍ਰੇਲੀਆ ਦੀ ਟੀਮ ਨਾਲ ਕਰਾਂਗੇ, ਇੱਕ ਇੰਡੀਆ ਕਰਾਵਾਂਗੇ। ਸੋ ਫਿਰ ਉਹਨਾਂ ਸਾਰੀਆਂ ਟੀਮਾਂ ਨੂੰ ਇਕੱਠੀਆਂ ਕਰਕੇ ਫਾਈਨਲ ਇੰਡੀਆ ਕਰਾਵਾਂਗੇ ਜੀ। ਬਹੁਤ ਖੂਬ ਜੀ, ਬਹੁਤ ਮੁਬਾਰਕਬਾਦ ਕਿ ਤੁਸੀਂ ਇਹ ਇਨੀਸ਼ੀਏਟਿਵਸ ਲੈ ਰਹੇ ਹੋ, ਸਾਨੂੰ ਪੂਰੀ ਆਸ ਹੈ ਕਿ ਤੁਸੀਂ ਕਾਮਯਾਬ ਹੋਵੋਗੇ। ਜਾਂਦੇ ਜਾਂਦੇ ਚਾਹਾਂਗੇ ਕਿ ਮਨਪ੍ਰੀਤ ਸਿੰਘ ਕੋਈ ਐਸਾ ਟੱਪਾ ਜਾਂ ਕੋਈ ਐਸੀ ਚੀਜ਼ ਜਿਹੜੀ ਤੁਹਾਡੇ ਦਿਲ ਨੂੰ ਬਹੁਤ ਕਰੀਬ ਹੈ ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝ ਪਾਓ। ਹੋ ਦੁਨੀਆ ਤੇਰੀ ਮਾਲਕਾ, ਹੋ ਪੈ ਗਈ ਕਿਹੜੇ ਰਾਹ, ਹੋ ਸਮਝ ਨਹੀਂ ਆਉਂਦੀ ਮਾਲਕਾ ਕੀ ਗਿਆ ਜਮਾਨਾ ਆ, ਹੋ ਭੁੱਲ ਬੈਠੇ ਨੇ ਆਪਣੇ ਤੇ ਸ਼ਰਮਾ ਨੇ ਹੁਣ ਲਾਈਆਂ, ਹੋ ਕੀ ਬਣੂਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ, ਹੋ ਕੀ ਬਣੂਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ, ਹੋ ਕਾਰਾ ਕੋਠੀਆਂ ਵਿੱਚ ਨੇ ਰਹਿੰਦੇ ਠਾਉਂਦਾ ਨਹੀਂ ਕੋਈ ਸੁੱਤਿਆਂ ਨੂੰ, ਮਾਪਿਆਂ ਦਾ ਸਤਿਕਾਰ ਨਹੀਂ ਰਹਿ ਗਿਆ ਪਿਆਰ ਨੇ ਕਰਦੇ ਕੁੱਤਿਆਂ ਨੂੰ, ਕਾਰਾ ਕੋਠੀਆਂ ਵਿੱਚ ਨੇ ਰਹਿੰਦੇ ਠਾਉਂਦਾ ਨਹੀਂ ਕੋਈ ਸੁੱਤਿਆਂ ਨੂੰ, ਮਾਪਿਆਂ ਦਾ ਸਤਿਕਾਰ ਨਹੀਂ ਰਹਿ ਗਿਆ ਪਿਆਰ ਨੇ ਕਰਦੇ ਕੁੱਤਿਆਂ ਨੂੰ, ਉਹ ਇਲਾਜ ਦੇ ਹੱਥੋਂ ਬਾਪੂ ਮਰ ਗਿਆ, ਉਹ ਪਿੱਟ ਭੁੱਲ ਨੂੰ ਦੇਣ ਦਵਾਈਆਂ, ਹੋ ਕੀ ਬਣੂਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ, ਹੋ ਕੀ ਬਣੂਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ, ਹੋ ਕੀ ਬਣੂਗਾ ਇਸ ਦੁਨੀਆ ਦਾ ਦੱਸ ਮੇਰੇ ਆਸਾਈਆਂ। ਬਹੁਤ ਖੂਬ, ਬਹੁਤ ਧੰਨਵਾਦ ਅਤੇ ਸ਼ੁਭਕਾਮਨਾਵਾਂ। ਥੈਂਕ ਯੂ, ਥੈਂਕ ਯੂ, ਥੈਂਕ ਯੂ ਵੈਰੀ ਮਚ।